ਸੋ ਦੋਸਤੋ ਕੀ ਹਾਲ ਚਾਲ ਸੱਚੇ ਕਾਲ ਹੈਲੋ ਨਮਸਤੇ ਸਲਾਮ ਮੈਂ ਤੁਹਾਡਾ ਆਪਣਾ ਪਰਮਿਰਤਮਾਨ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦਾ ਦਿਨ ਬਹੁਤ ਹੀ ਲੱਕੀ ਹੈ ਕਿਉਂਕਿ ਜਿਹੜਾ ਮੇਰਾ ਹੈਗਾ ਪੀਪੀਆਰ ਆ ਗਈ ਸੀ ਪੀਪੀਆਰ ਮੀਨ ਟੂ ਸੇ ਪਾਸਪੋਰਟ ਰਿਕੁਐਸਟ ਇਟ ਮੀਨਸ ਆਪਣਾ ਵੀਜ਼ਾ ਆ ਗਿਆ ਜਿਸ ਕਰਕੇ ਹੁਣ ਆਪਾਂ ਜਿਹੜਾ ਹੈਗਾ ਪਾਸਪੋਰਟ ਦੀ ਸਬਮਿਸ਼ਨ ਵਾਸਤੇ ਅਪਾਇੰਟਮੈਂਟ ਲਵਾਂਗੇ ਮਤਲਬ ਕਿ ਆਪਾਂ ਜਿਹੜਾ ਪਾਸਪੋਰਟ ਹੈ ਉਹ ਕੈਨੇਡਾ ਦਾ ਵੀਜ਼ਾ ਲੱਗਣ ਵਾਸਤੇ ਆਪਾਂ ਚੰਡੀਗੜ੍ਹ ਜਿਹੜਾ ਜਾ ਕੇ ਜਮ੍ਹਾਂ ਕਰਾ ਕੇ ਆਵਾਂਗੇ VFS ਗਲੋਬਲ ਵਾਲੇ ਦੇ ਆਫਿਸ ਦੇ ਵਿੱਚ ਜਿੱਥੇ ਕਿ ਬਾਇਓਮੈਟ੍ਰਿਕ ਵਗੈਰਾ ਹੁੰਦਾ ਹੈ ਵੈਸੇ ਤਾਂ ਇਹ ਜ਼ਿਆਦਾਤਰ ਜਿਹੜਾ ਪਾਸਪੋਰਟ ਹੈ ਜਦੋਂ ਆਪਾਂ ਵੀਜ਼ਾ ਅਪਲਾਈ ਕਰਾਉਨੇ ਆ ਕਿਸੇ ਏਜੰਟ ਤੋਂ ਤਾਂ ਆਪਾਂ ਉਹ ਏਜੰਟ ਨੂੰ ਜਿਹੜਾ ਹੈਗਾ ਆਪਾਂ ਪਾਸਪੋਰਟ ਦੇ ਕੇ ਆ ਨਾ ਔਰ ਉਹ ਗਾਹਾਂ ਅੱਗੇ ਸਟੈਂਪ ਕਰਵਾ ਕੇ ਦਿੰਦੇ ਨੇ ਪਰ ਮੇਰੇ ਕੇਸ ਦੇ ਵਿੱਚ ਐਦਾਂ ਨਹੀਂ ਹੈ ਕਿਉਂਕਿ ਆਪਾਂ ਜਿਹੜੀ ਫਾਈਲ ਹੈ ਖੁਦ ਅਪਲਾਈ ਕੀਤੀ ਸੀ ਔਰ ਇਸ ਕਰਕੇ ਆਪਾਂ ਖੁਦ ਉੱਥੇ ਜਾ ਕੇ ਪਾਸਪੋਰਟ 서ਮਿਸ਼ਨ ਕਰਵਾ ਕੇ ਆਵਾਂਗੇ ਵੈਸੇ ਮੈਂ ਕੋਰੀਅਰ ਦੀ ਸਰਵਿਸ ਵੀ ਲੈ ਸਕਦਾ ਸੀ ਕੋਰੀਅਰ ਵਾਲਾ ਬੰਦਾ ਸਿੱਧਾ ਆਪਣੇ ਘਰੇ ਆਉਂਦਾ ਔਰ ਆਪਣੇ ਘਰੇ ਆ ਪਾਸਪੋਰਟ ਲੈ ਕੇ ਜਾਂਦਾ ਆਪਣਾ ਜਿਹੜਾ ਸਟੈਂਪ ਕਰਵਾਉਣ ਤੋਂ ਬਾਅਦ ਚ ਪਾਸਪੋਰਟ ਸਿੱਧਾ ਆਪਣੇ ਘਰੇ ਆ ਜਾਂਦਾ ਪਰ ਆਪਾਂ ਕੋਰੀਅਰ ਸਰਵਿਸ ਵਾਲਾ ਕੰਮ ਨਹੀਂ ਕਰਾਵਾਂਗੇ ਕਿਉਂਕਿ ਜਿਹੜਾ ਹੈਗਾ ਮੈਂ ਨਾ ਆਪਣੇ ਘਰਦਿਆਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਮੈਂ ਕਿਸੇ ਨੂੰ ਨਹੀਂ ਦੱਸਿਆ ਹੈਗਾ ਵੀ ਮੇਰਾ ਵੀਜ਼ਾ ਆ ਗਿਆ ਸਿਰਫ ਮੇਰੀ ਸਿਸਟਰ ਨੂੰ ਪਤਾ ਮੇਰੀ ਮੰਮੀ ਨੂੰ ਪਤਾ ਪਰ ਬਾਕੀ ਜਿਹੜੇ ਹੈਗੇ ਨੇ ਆਪਣੇ ਦੋਸਤ ਮਿੱਤਰ ਸਾਰੇ ਹੋਰ ਜਿੰਨੇ ਵੀ ਰਿਲੇਟਿਵ ਨੇ ਉਹਨਾਂ ਨੂੰ ਆਪਾਂ ਸਰਪ੍ਰਾਈਜ਼ ਦਵਾਂਗੇ ਇਸ ਕਰਕੇ ਮੈਂ ਸੋਚਿਆ ਵੀ ਜੇ ਆਪਾਂ ਕੋਰੀਅਰ ਸਰਵਿਸ ਲੈਨੇ ਆ ਪਾਸਪੋਰਟ ਦਾ ਬੰਦਾ ਘਰੇ ਪਾਸਪੋਰਟ ਲੈ ਆਣਾ ਆਊਗਾ ਤਾਂ ਸਾਰਿਆਂ ਨੂੰ ਪਤਾ ਲੱਗ ਜਾਊਗਾ ਵੀ ਹਾਂ ਪਰ ਮੇਰਾ ਵੀਜ਼ਾ ਇਸ ਕਰਕੇ ਆਪਾਂ ਬਹਾਨਾ ਲਾ ਕੇ ਉੱਥੇ ਪਾਸਪੋਰਟ ਸਬਮਿਟ ਕਰਾਉਣ ਜਾਵਾਂਗੇ ਵੀ ਆਪਣਾ ਜਿਹੜਾ ਹੈਗਾ ਮੈਡੀਕਲ ਅਪਡੇਟ ਹੋਇਆ ਆਪਾਂ ਨੂੰ ਮੈਡੀ ਸਾਰੇ ਘਰਦਿਆਂ ਨੂੰ ਸਰਪ੍ਰਾਈਜ਼ ਦਵਾਂਗੇ ਤੇ ਉਹਨਾਂ ਦਾ ਪ੍ਰੈਕਸ਼ਨ ਵੀ ਰਿਕਾਰਡ ਕਰਾਂਗੇ ਉਹ ਵੀਡੀਓ ਵੀ ਇਸ ਵੀਡੀਓ ਤੋਂ ਬਾਅਦ ਚ ਆਊਗੀ ਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਇਸ ਤੋਂ ਇਲਾਵਾ ਜੇਕਰ ਤੁਸੀਂ ਵੀਜ਼ਾ ਰਿਲੇਟਡ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਇਹਦੀ ਮੈਂ ਇੱਕ ਪੂਰੀ ਪਲੇਲਿਸਟ ਬਣਾਈ ਹੋਈ ਹੈ ਕੈਨੇਡਾ ਸਟੱਡੀ ਵੀਜ਼ਾ ਦੇ ਨਾਮ ਤੇ ਜਿਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਚ ਮਿਲ ਜੂਗਾ ਤਾਂ ਜਾ ਕੇ ਚੈੱਕ ਜ਼ਰੂਰ ਕਰਿਓ ਤਾਂ ਚਲੋ ਆਪਾਂ ਵੀਡੀਓ ਵੱਲ ਅੱਗੇ ਵਧਦੇ ਹਾਂ ਸਭ ਤੋਂ ਪਹਿਲਾਂ ਤੁਸੀਂ Google ਤੇ ਜਾਣਾ ਹੈ ਔਰ Google ਤੇ ਜਾ ਕੇ ਤੁਸੀਂ ਭਰਨਾ ਹੈ CIC ਲੌਗਇਨ ਤਵੇ ਜਾਨੀ ਕਿ ਆਪਾਂ ਕੈਨੇਡਾ ਦੀ ਵੈਬਸਾਈਟ ਖੋਲ ਕੇ ਉੱਥੇ ਜਿਹੜਾ ਆਪਣਾ ਜੀਸੀਕੇ ਅਕਾਊਂਟ ਬਣਿਆ ਹੋਇਆ ਤਾਂ ਉਹ ਖੋਲਣਾ ਹੈ ਉਸ ਤੋਂ ਬਾਅਦ ਤੁਸੀਂ ਸਾਈਨ ਇਨ ਟੂ ਯਰ ਆਈਆਰਸੀਸੀ ਸਕਿਉਰ ਅਕਾਊਂਟ ਤੇ ਕਲਿੱਕ ਕਰਨਾ ਤਾਂ ਪੇਜ ਆ ਜਾਊਗਾ نیچے ਕਰੋਗੇ ਤਾਂ ਪਹਿਲੀ ਆਪਸ਼ਨ ਕਲਿੱਕ ਜੀਸੀਕੇ ਤੇ ਕਲਿੱਕ ਕਰਨਾ ਜੇਕਰ ਤੁਹਾਨੂੰ ਜੀਸੀਕੇ ਬਾਰੇ ਨਹੀਂ ਪਤਾ ਇਹ ਜੀਸੀਕੇ ਕੀ ਹੁੰਦੀ ਹੈ ਔਰ ਇਹਦਾ ਅਕਾਊਂਟ ਜਿਹੜਾ ਕਿਵੇਂ ਕ੍ਰੀਏਟ ਕਰੀਦਾ ਤਾਂ ਉਹਤੇ ਵੀ ਮੈਨੇ ਇੱਕ ਅਲੱਗ ਤੋਂ ਸੈਪਰੇਟ ਵੀਡੀਓ ਬਣਾਈ ਹੋਈ ਹੈ ਉਹ ਵੀ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਚ ਜਿਹੜੀ ਪਲੇਲਿਸਟ ਹੈ ਉਹਦੇ ਵਿੱਚ ਤੁਹਾਨੂੰ ਉਹ ਵੀਡੀਓ ਮਿਲ ਜੂ ਜਾ ਕੇ ਜਰੂਰ ਦੇਖਿ ਆਪਾਂ ਸਾਈਨ ਇਨ ਵਿਦ ਜੀਸੀਕੇ ਤੇ ਕਲਿੱਕ ਕਰਾਂਗੇ ਔਰ ਉਸ ਤੋਂ ਬਾਅਦ ਜਿਹੜੀ ਆਪਾਂ ਨੂੰ ਆਈਡੀ ਭਰਨੀ ਪਊਗੀ ਤਾਂ ਇੱਥੇ ਆਪਾਂ ਆਈਡੀ ਭਰ ਕੇ ਯੂਜ਼ਰ ਨੇਮ ਤੇ ਪਾਸਵਰਡ ਭਰ ਕੇ ਲੌਗਇਨ ਕਰਾਂਗੇ ਉਸ ਤੋਂ ਬਾਅਦ ਇੱਥੇ ਜਿਹੜਾ ਪੇਜ ਆਜੂਗਾ ਤੇ ਆਪਾਂ ਕੰਟੀਨਿਊ ਤੇ ਕਲਿੱਕ ਕਰਾਂਗੇ ਦਨ ਜਦੋਂ ਆਪਾਂ ਸਕਰੋਲ ਡਾਊਨ ਕਰਾਂਗੇ ਤਾਂ ਟਰਮ ਐਂਡ ਕੰਡੀਸ਼ਨ ਤੋਂ ਬਾਅਦ ਆਈ ਐਕਸੈਪਟ ਤੇ ਕਲਿੱਕ ਕਰਾਂਗੇ ਨੀਚੇ ਉਸ ਤੋਂ ਬਾਅਦ ਇਹਦੇ ਵਿੱਚ ਜੀਸੀਕੀ ਦੇ ਵਿੱਚ ਕੁਝ ਕੁਐਸਚਨ ਹੁੰਦੇ ਨੇ ਇਹਨਾਂ ਕੁਐਸਚਨਾਂ ਨੂੰ ਭਰ ਕੇ ਜਿਹੜਾ ਆਪਣਾ ਅਕਾਊਂਟ ਹੈ ਅੱਗੇ ਲੌਗਇਨ ਹੁੰਦਾ ਤਾਂ ਇਹਦੇ ਵਿੱਚ ਜਿਹੜਾ ਮੇਰਾ ਕੁਐਸਚਨ ਹੈ ਵਾਟ ਵਾਸ ਮਾਈ ਫੇਵਰਟ ਗੇਮ ਐਜ਼ ਅ ਚਾਈਲਡ ਤਾਂ ਜਿਹੜੀ ਮੇਰੀ ਫੇਵਰਟ ਗੇਮ ਸੀ ਚਾਈਲਡ ਤਾਂ ਮੈਂ ক্রিকেট ਭਰੀ ਹੋਈ ਸੀ ਤਾਂ ਬੱਕ ক্রিকেট ਭਰ ਕੇ ਕੰਟੀਨਿਊ ਤੇ ਕਲਿੱਕ ਕਰਾਂਗੇ ਦਨ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਮੇਰਾ ਜਿਹੜਾ ਹੈਗਾ ਆਨਲਾਈਨ ਐਪਲੀਕੇਸ਼ਨ ਆ ਦੋ ਦਾ ਸਟੇਟਸ ਆ ਰਿਹਾ ਜਿਹੜੀ ਤੁਸੀਂ ਥੱਲੇ ਵਾਲੀ ਦੇਖ ਰਹੇ ਹੋ ਦਸੰਬਰ 17 2022 ਇਹ ਮੇਰਾ ਪਹਿਲਾ ਜਿਹੜਾ ਮੈਨੇ ਫਾਈਲ 17 ਦਸੰਬਰ ਨੂੰ ਅਪਲਾਈ ਕਰੀ ਸੀ ਜਿਸ ਕਰਕੇ ਮੇਰਾ ਮਹੀਨੇ ਕੇ ਬਾਅਦ ਰਿਜ਼ਲਟ ਆ ਗਿਆ 16 ਜਨਵਰੀ ਨੂੰ ਮੇਰੀ ਰਿਫਿਊਜ਼ਲ ਆ ਜੀ ਆ ਗਈ ਸੀਗੀ ਦੈਨ ਉਸ ਤੋਂ ਬਾਅਦ ਆਪਾਂ ਨੇ ਫੇਰ ਐਸਓਪੀ ਦੇ ਵਿੱਚ ਥੋੜੀ ਜੀ ਚੇਂਜਸ ਕੀਤੀ ਔਰ ਇੱਕ ਡਾਕੂਮੈਂਟ ਦੇ ਵਿੱਚ ਥੋੜੀ ਜੀ ਗਲਤੀ ਹੋ ਗਈ ਸੀ ਉਹ ਆਪਾਂ ਨੇ ਸਾਰਾ ਕੁਝ ਚੇਂਜ ਕੀਤਾ ਔਰ ਦੁਬਾਰੇ ਆਪਾਂ ਨੇ ਜਿਹੜੀ ਫਾਈਲ ਮਾਈ ਇਨਟੇਕ ਵਾਸਤੇ ਦੁਬਾਰੇ ਫਾਈਲ ਅਪਲਾਈ ਕਰ ਦਿੱਤੀ ਸੀ ਕਿਉਂਕਿ ਟਾਈਮ ਪਿਆ ਸੀ ਔਰ ਇਸ ਕਰਕੇ ਆਪਨਾ ਤੁਸੀਂ ਦੇਖ ਸਕਦੇ ਹੋ 7 ਫਰਵਰੀ ਨੂੰ ਆਪਾਂ ਨੇ ਫਾਈਲ ਜਿਹੜੀ ਆ ਅਪਲਾਈ ਕੀਤੀ ਸੀ ਦੈਨ ਉਸ ਤੋਂ ਬਾਅਦ ਹੁਣ ਆਪਾਂ ਤੁਸੀਂ ਦੇਖ ਸਕਦੇ ਹੋ ਸੱਜੇ ਹੱਥ ਚੈੱਕ ਫੁੱਲ ਐਪਲੀਕੇਸ਼ਨ ਸਟੇਟਸ ਤੇ ਆਪਾਂ ਕਲਿੱਕ ਕਰਾਂਗੇ ਤਾਂ ਇਸ ਤੋਂ ਬਾਅਦ ਜਿਹੜਾ ਪੇਜ ਖੁੱਲਿਆ ਹੋਊਗਾ ਇਹਨੂੰ ਤੁਸੀਂ ਨੀਚੇ ਸਕਰੋਲ ਡ ਤਾਂ ਇੱਥੇ ਤੁਸੀਂ ਦੇਖ ਸਕਦੇ ਜਿਵੇਂ ਰਿਵਿਊ ਆਫ ਮੈਡੀਕਲ ਰਿਜ਼ਲਟ ਇੰਟਰਵਿਊ ਬਾਇਓਮੈਟ੍ਰਿਕ ਜਦੋਂ ਆਪਣਾ ਵੀਜ਼ਾ ਸਟੈਂਪ ਹੋ ਜਾਂਦਾ ਸਾਰਾ ਇਹ ਅਪਡੇਟ ਹੋ ਜਾਂਦਾ ਹੁੰਦਾ। ਜਦੋਂ ਹੁਣ ਨੀਚੇ ਤੁਸੀਂ ਦੇਖ ਸਕਦੇ ਹੋ ओरिजिनल ਪਾਸਪੋਰਟ ਰਿਕਵੈਸਟ ਲਿਖੀ ਹੋਈ ਹੈ। ਇਹ ਆਪਾਂ ਨੂੰ 24 ਫਰਵਰੀ ਨੂੰ ਆਈ ਸੀ ਤੇ ਹੁਣ ਆਪਾਂ ਇਹ ਤੇ ਕਲਿੱਕ ਕਰਾਂਗੇ। ਕਲਿੱਕ ਕਰੋਗੇ ਤਾਂ ਇੱਕ ਪੀਡੀਐਫ ਫਾਈਲ ਡਾਊਨਲੋਡ ਹੋਊਗੀ। ਇਹੀ ਹੁੰਦੀ ਹੈ ਜਿਹੜੀ ਆਪਣੀ ਪਾਸਪੋਰਟ ਰਿਕਵੈਸਟ ਹੁੰਦੀ ਹੈ ਇੱਥੋਂ ਆਪਾਂ ਨੂੰ ਕਨਫਰਮ ਹੋ ਜਾਂਦਾ ਵੀ ਜਿਹੜਾ ਆਪਣਾ ਵੀਜ਼ਾ ਆ ਗਿਆ ਕਿਉਂਕਿ ਆ ਤੁਸੀਂ ਦੇਖ ਸਕਦੇ ਇੱਥੇ ਲਿਖਿਆ ਦਿਸ ਇਜ਼ ਅ ਰੈਫਰੈਂਸ ਟੂ ਦਿਸ ਇਜ਼ ਇਨ ਅ ਰੈਫਰੈਂਸ ਟੂ ਯੂਰ ਐਪਲੀਕੇਸ਼ਨ ਫਾਰ ਟੈਂਪੋਰਰੀ ਰੈਜ਼ੀਡੈਂਸ ਇਹ ਡਿਸੀਜਨ ਹੈਜ਼ ਬੀਨ ਮੇਡ ਔਨ ਯੂਰ ਐਪਲੀਕੇਸ਼ਨ ਵੀ ਰਿਕੁਆਇਰ ਯੂਰ ਪਾਸਪੋਰਟ ਟੂ ਫਾਈਨਲਾਈਜ਼ ਪ੍ਰੋਸੈਸਿੰਗ ਯੂਰ ਐਪਲੀਕੇਸ਼ਨ ਮੀਨ ਟੂ ਸੇ ਉਹਨੇ ਪਾਸਪੋਰਟ ਮੰਗ ਰਹੇ ਨੇ ਅੱਗੇ ਦਾ ਪ੍ਰੋਸੈਸ ਜਿਹੜਾ ਹੈ ਜਿਹੜਾ ਕਿ ਪੂਰਾ ਹੋ ਸਕੇ ਮਤਲਬ ਵੀ ਜਿਹੜਾ ਆਪਣਾ ਵੀਜ਼ਾ ਸਟੈਂਪ ਹੋ ਸਕੇ ਦੈਨ ਇਹ ਜਿਹੜੀ ਹੈਗੇ ਤੁਸੀਂ ਸੇਵ ਕਰ ਲੈਣੀ ਹੈ ਪੀਡੀਐਫ ਸੇਵ ਕਰਨ ਤੋਂ ਬਾਅਦ ਤੁਸੀਂ Google ਤੇ ਜਾ ਕੇ ਭਰਨਾ VFS Global Passport Submission। ਦੈਨ ਉਸ ਤੋਂ ਬਾਅਦ ਤੁਸੀਂ ਪਹਿਲੇ ਲਿੰਕ ਤੇ ਕਲਿੱਕ ਕਰਨਾ Passport Submission ਆਰ ਵਾਲੇ ਤੇ। ਉਸ ਤੋਂ ਬਾਅਦ ਜਿਹੜਾ ਹੈ ਪੇਜ VFS Global ਦਾ ਆ ਜਾਊਗਾ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ VFS Web Form ਲਿਖਿਆ ਇਹ ਤੇ ਕਲਿੱਕ ਕਰੋਗੇ ਤਾਂ ਨੈਕਸਟ ਪੇਜ ਆ ਜਾਊਗਾ। ਦੈਨ ਉਸ ਤੋਂ ਬਾਅਦ ਤੁਸੀਂ ਜਦੋਂ ਸਕਰੋਲ ਡਾਊਨ ਕਰੋਗੇ ਤਾਂ ਪ੍ਰੋਸੀਡ ਲਿਖਿਆ ਹੈ ਤਾਂ ਇਹ ਤੇ ਕਲਿੱਕ ਕਰਾਂਗੇ। ਦਨ ਹੁਣ ਤੁਸੀਂ ਇੱਥੇ ਜਿਹੜਾ ਹੈਗਾ ਆਪਣਾ ਮੋਬਾਈਲ ਨੰਬਰ ਭਰਨਾ ਪੈਨੇ ਖਾਨੇ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਇੱਥੇ ਕੈਪਚਾ ਕੋਡ ਭਰਨਾ ਦਨ ਉਸ ਤੋਂ ਬਾਅਦ ਤੁਸੀਂ ਗੈਟ ਵਨ ਟਾਈਮ ਪਾਸਵਰਡ ਤੇ ਕਲਿੱਕ ਕਰ ਦੇਣਾ ਤਾਂ ਓਟੀਪੀ ਆਊਗਾ ਓਟੀਪੀ ਤੁਸੀਂ ਭਰਨਾ ਜਿਹੜਾ ਤੁਹਾਡੇ ਫੋਨ ਤੇ ਨੰਬਰ ਭਰੋਗੇ ਉੱਤੇ ਆਊਗਾ ਭਰਨ ਤੋਂ ਬਾਅਦ ਤੁਸੀਂ ਵੈਲੀਡੇਟ ਵਨ ਟਾਈਮ ਪਾਸਵਰਡ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਚੂਜ਼ ਆਪਸ਼ਨ ਦੇ ਵਿੱਚ ਜਾ ਕੇ ਤੁਸੀਂ ਇਥੇ ਇਹਨਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਟੂ ਏ ਕੂਰੀਅਰ ਸਰਵਿਸ ਫੋਰ ਪਾਸਪੋਰਟ ਸਬਮਿਸ਼ਨ ਅਪਾਇੰਟਮੈਂਟ ਫੋਰ ਪਾਸਪੋਰਟ ਸਬਮਿਸ਼ਨ ਐਟ ਵੀਜ਼ਾ ਸੈਂਟਰ ਰੀਫੰਡ ਰਿਕਵੈਸਟ ਤਾਂ ਇਹਦੇ ਵਿੱਚ ਜਿਹੜੀ ਹੈਗਾ ਅਪਣੇ ਦੂਸਰੀ ਕਲਿੱਕ ਕਰਾਂਗੇ ა ਪੁਆਇੰਟ ਫੋਰ ਪਾਸਪੋਰਟ ਸਬਮਿਸ਼ਨ ਐਟ ਵੀਜ਼ਾ ਸੈਂਟਰ ਕਿਉਂਕਿ ਆਪਾਂ ਜਿਹੜੀ ਕੂਰੀਅਰ ਸਰਵਿਸ ਲੈ ਨਹੀਂ ਰਹੇ ਤਾਂ ਇਸ ਕਰਕੇ ਆਪਾਂ ਅਪਾਇੰਟਮੈਂਟ ਫੋਰ ਪਾਸਪੋਰਟ ਸਬਮਿਸ਼ਨ ਐਟ ਵੀਜ਼ਾ ਸੈਂਟਰ ਤੇ ਕਲਿੱਕ ਕਰਾਂਗੇ ਦੈਨ ਉਸ ਤੋਂ ਬਾਅਦ ਆ ਪੇਜ ਆ ਜਾਊਗਾ ਉਸ ਤੋਂ ਬਾਅਦ ਇਹ ਮੰਗ ਰਹੇ ਨੇ ਸਿਲੈਕਟ ਯੂਰ ਵੀਜ਼ਾ ਕੈਟਾਗਰੀ ਇਹ ਪੁੱਛ ਰਹੇ ਨੇ ਤੁਹਾਡਾ ਵਰਕ ਪਰਮਿਟ ਹੈ ਸਟੱਡੀ ਪਰਮਿਟ ਹੈ ਹਨਾ ਪੀ ਆਰ ਹੈ ਜਾਂ ਜੋ ਵੀ ਹੈ ਤੁਸੀਂ ਵਿਜ਼ਟਰ ਵੀਜ਼ੇ ਦੇ دار ਤਾਂ ਆਪਣਾ ਹੈਗਾ ਜਿਹੜਾ ਸਟੱਡੀ ਪਰਮਿਟ ਹੈ ਤਾਂ ਉਹ ਆਪਾਂ ਇਹ ਜਿਹੜਾ ਹੈਗਾ ਤੀਸਰੇ ਨੰਬਰ ਵਾਲੇ ਤੇ ਕਲਿੱਕ ਕਰਾਂਗੇ ਪਾਸਪੋਰਟ ਸਬਮਿਸ਼ਨ ਫੋਰ ਟੈਂਪੋਰਰੀ ਰੈਜ਼ੀਡੈਂਸ ਦੈਨ ਉਸ ਤੋਂ ਬਾਅਦ ਲੋਕੇਸ਼ਨ ਇਹ ਮੰਗ ਰਹੇ ਨੇ ਵੀ ਜਿੱਥੇ ਆਪਣੀ ਬਾਇਓਮੈਟ੍ਰਿਕਸ ਹੈ ਆਪਣੀ ਬਾਇਓਮੈਟ੍ਰਿਕ ਚੰਡੀਗੜ੍ਹ ਕਰਵਾਈ ਸੀ ਮੈਂ ਤਾਂ ਆਪਾਂ ਚੰਡੀਗੜ੍ਹ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਜਿਹੜੇ ਲੋਕੇਸ਼ਨ ਆ ਗਏ ਨੇ ਜਿੱਥੇ ਜਿੱਥੇ ਆਪਾਂ ਪਾਸਪੋਰਟ ਸਬਮਿਟ ਤਾਂ ਆਪਾਂ ਨੂੰ ਜਿਹੜਾ ਹੈਗਾ ਇੱਥੇ ਇਹਦੇ ਵਿੱਚ ਜਦੋਂ ਆਪਾਂ ਖੋਲ੍ਹਾਂਗੇ ਤਾਂ ਸਾਰੇ ਲਿਖੇ ਆ ਜਾਣਗੇ ਤਾਂ ਚੰਡੀਗੜ੍ਹ ਨੇੜੇ ਪੈਂਦਾ ਪ ਚੰਡੀਗੜ੍ਹ ਤੇ ਕਲਿੱਕ ਕਰਾਂਗੇ ਇੱਥੇ ਹੁਣ ਨੰਬਰ ਆਫ ਐਪਲੀ ਕੈਂਸ ਫਾਰ ਪਾਸਪੋਰਟ ਤਾਂ ਇੱਥੇ ਆਪਾਂ ਸਿਰਫ ਮੈਂ ਹੀ ਇਕੱਲਾ ਤਾਂ ਆਪਾਂ ਸਿਰਫ ਇੱਕ ਤੇ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਅਪਲੋਡ ਤੇ ਕਲਿੱਕ ਕਰਾਂਗੇ ਤਾਂ ਤੁਸੀਂ ਇੱਥੇ ਉਹੀ ਪੀਡੀਐਫ ਅਪਲੋਡ ਕਰਨੀ ਹੈ ਜਿਹੜੀ ਆਪਣੇ ਪੀਪੀਆਰ ਆਈ ਸੀ ਆਪਾਂ ਨੇ ਪੀਡੀਐਫ ਸੇਵ ਕੀਤੀ ਸੀ ਜੇ ਤੁਸੀਂ ਅਪਲੋਡ ਕਰੋਗੇ ਤਾਂ ਅੱਗੇ ਆ ਬਾਕਸ ਬਣ ਕੇ ਆ ਜਾਣਗੇ ਇਹਦੇ ਵਿੱਚ ਆਪਣੇ ਆਪ ਜਿਹੜਾ ਹੈਗਾ ਤੁਹਾਡਾ ਨੇਮ ਆ ਜਾਊਗਾ ਫਰਸਟ ਨੇਮ ਤਾਂ ਲਾਸਟ ਨੇਮ ਦਾ ਖਾਨਾ ਜਿਹੜਾ ਇਹਦੇ ਵਿੱਚ ਜੇ ਤੁਹਾਡੇ ਪਾਸਪੋਰਟ ਤੇ ਲਾਸਟ ਨੇਮ ਲਿਖਿਆ ਹੋਇਆ ਤਾਂ ਤੁਸੀਂ ਲਿਖ ਦੇਣਾ ਆਦਰਵਾਇਜ਼ ਤੁਸੀਂ ਇਹਨੂੰ ਬਲੈਂਕ ਛੱਡ ਲੈਣਾ ਮੇਰੇ ਵਾਲੇ ਤੇ ਲਾਸਟ ਨੇਮ ਨਹੀਂ ਲਿਖਿਆ ਹੋਇਆ ਤਾਂ ਇਸ ਕਰਕੇ ਮੈਂ ਲਾਸਟ ਨੇਮ ਨਹੀਂ ਪਾਇਆ ਦੈਨ ਇੱਥੇ ਤੁਸੀਂ ਹੈਗੇ ਜਿਹੜੀ ਆਪਣੀ ਈਮੇਲ ਆਈਡੀ ਭਰਨੀ ਹੈ ਇੱਥੇ ਆਪਾਂ ਈਮੇਲ ਆਈਡੀ ਭਰਾਂਗੇ ਕਿਉਂਕਿ ਇਹਦੇ ਉੱਤੇ ਜਿਹੜੀ ਆਪੁਆਇੰਟਮੈਂਟ ਦੀ ਮੇਲ ਆਣੀ ਹੈ ਉਸ ਤੋਂ ਬਾਅਦ ਕੰਟੈਕਟ ਨੰਬਰ ਦੇ ਵਿੱਚ ਆਪਾਂ ਆਪਣਾ ਕੰਟੈਕਟ ਨੰਬਰ ਭਰਾਂਗੇ। ਦੈਨ ਉਸ ਤੋਂ ਬਾਅਦ ਡੇਟ ਆਫ ਬਰਥ ਦੇ ਵਿੱਚ ਆਪਾਂ ਆਪਣੀ ਡੇਟ ਆਫ ਬਰਥ ਭਰਾਂਗੇ। ਦੈਨ ਉਸ ਤੋਂ ਬਾਅਦ ਕੰਟੀਨਿਊ ਤੇ ਕਲਿੱਕ ਕਰਾਂਗੇ। ਦੈਨ ਹੁਣ ਆਪਾਂ ਇੱਥੇ ਦੋਨੋਂ ਖਾਨਿਆਂ ਤੇ ਕਲਿੱਕ ਕਰ ਦਾਂਗੇ ਆਈ ਐਕਨੋਲਜ ਵਾਲੇ ਤੇ ਔਰ ਆਈ ਐਗਰੀ ਵਾਲੇ ਤੇ। ਕਲਿੱਕ ਕਰਨ ਤੋਂ ਬਾਅਦ ਆਪਾਂ ਜਿਹੜਾ ਹੈਗਾ ਸਬਮਿਟ ਤੇ ਕਲਿੱਕ ਕਰ ਦਾਂਗੇ। ਹੁਣ ਜਿਹੜਾ ਆਪਣਾ ਹੈਗਾ ਸਾਰਾ ਪ੍ਰੋਸੈਸ ਫਾਈਨਲ ਹੋ ਗਿਆ। ਇਸ ਤੋਂ ਬਾਅਦ ਹੁਣ ਤੁਸੀਂ ਆਪਣੇ ਈਮੇਲ ਆਈਡੀ ਤੇ ਜਾਣਾ ਜਿਹੜੀ ਕਿ ਤੁਸੀਂ ਇਹਦੇ ਵਿੱਚ ਭਰੇ ਜੋ ਉਹਦੇ ਵਿੱਚ ਤੁਹਾਨੂੰ ਜਿਹੜੀ ਹੈਗੀ 2 2 ਜਾਂ 3 4 ਮਿੰਟਾਂ ਬਾਅਦ ਤੁਹਾਨੂੰ ਇੱਕ ਮੇਲ ਆਊਗੀ VFS ਵੱਲੋਂ ਅਪਾਇੰਟਮੈਂਟ ਦੀ ਵਿਜੋ ਉਹਦੇ ਵਿੱਚ ਤੁਹਾਡੀ ਟਾਈਮਿੰਗ ਵਗੈਰਾ ਲਿਖੀ ਹੋਊਗਾ ਤਾਰੀਖ ਲਿਖੀ ਹੋਊਗੀ ਤੇ ਜਦੋਂ ਤੁਸੀਂ ਇਹਨੂੰ ਖੋਲ ਕੇ ਦੇਖੋਗੇ ਤੁਸੀਂ ਦੇਖ ਸਕਦੇ ਹੋ ਮੈਨੂੰ ਮੇਲ ਆ ਗਈ ਹੈ ਇਹਦੇ ਵਿੱਚ ਇਹਦੇ ਲਿਖਿਆ ਹੈ ਵੀ ਅਪਾਇੰਟਮੈਂਟ ਦੀ ਤਾਰੀਖ ਹੈਗੀ 28 ਫਰਵਰੀ 2023 ਔਰ ਅਪਾਇੰਟਮੈਂਟ ਟਾਈਮ ਹੈਗਾ 11:30 ਵਜੇ ਦਾ ਸੋ ਦੋਸਤੋ ਇਸ ਵੀਡੀਓ ਰਿਲੇਟਡ ਵੀ ਆਪਾਂ ਜਿਹੜਾ ਆਪਣਾ ਪਾਸਪੋਰਟ ਹੈ ਉਹ ਵੀਜ਼ਾ ਲਵਾਉਣ ਵਾਸਤੇ ਸਬਮਿਟ ਖੁਦ ਕਿਵੇਂ ਕਰਾ ਕੇ ਆ ਸਕਦੇ ਇਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਮੈਂ ਪਾਸਪੋਰਟ ਉੱਥੇ ਜਮ੍ਹਾਂ ਕਰਵਾਉਣ ਜਾਊਂਗਾ ਤਾਂ ਉਸ ਦਿਨ ਦਾ ਵੀ ਮੈਂ ਵਲੌਗ ਬਣਾਉਂਗਾ ਤਾਂ ਉਹ ਵਲੌਗ ਵੀ ਜਰੂਰ ਦੇਖਿਓ ਉਹਦੇ ਵਿੱਚ ਮੈਂ ਤੁਹਾਨੂੰ ਸਾਰੇ ਡਾਕੂਮੈਂਟ ਦੱਸੂਗਾ ਕਿ ਡਾਕੂਮੈਂਟ ਤੁਸੀਂ ਕਿਹੜੇ-ਕਿਹੜੇ ਨਾਲ ਲੈ ਕੇ ਜਾਣੇ ਨੇ ਔਰ ਕੀ-ਕੀ ਪ੍ਰੋਸੈਸ ਹੁੰਦਾ ਕੀ ਅੰਦਰ ਜਾ ਕੇ ਕਿਵੇਂ ਟੋਕਨ ਮਿਲਦਾ ਕੀ-ਕੀ ਜਿਹੜੇ ਸਾਰੇ ਪ੍ਰੋਸੈਸ ਤੁਹਾਨੂੰ ਉਸ ਵੀਡੀਓ ਦੇ ਵਿੱਚ ਮੈਂ ਦੱਸੂਗਾ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਐਦਾ ਦੇ ਹੋਰ ਵੀਡੀਓਜ਼ ਦੇਖਣ ਲਈ ਚੈ ਕਿਉਂਕਿ ਇਨ ਫਿਊਚਰ ਵੀਡੀਓ ਜਿਹੜੇ ਆਪਾਂ ਕੈਨੇਡਾ ਜਾ ਕੇ ਵੀ ਬਹੁਤ ਇਨਫੋਰਮੇਸ਼ਨ ਵੀਡੀਓਸ ਪਾਵਾਂਗੇ ਸੋ ਜਲਦੀ ਮਿਲਾਂਗੇ ਕੈਨੇਡਾ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ